ਹੈਲੋ ਗਾਇਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਜੱਟ ਨੂੰ ਚੜੇਲ ਟਕਰੀ ਫਿਲਮ ਦੀ ਪਹਿਲੇ ਵੀਕ ਦੀ ਕਲੈਕਸ਼ਨ ਦੇ ਬਾਰੇ ਇਹ ਫਿਲਮ ਨੇ ਜੋ ਹੈ ਕਾਫੀ ਬਿਹਤਰੀਨ ਕਲੈਕਸ਼ਨ ਕੀਤੀ ਹੈ ਜਿਸ ਸਾਹਬ ਨਾਲੇ ਫਿਲਮ ਦਾ ਬਜਟ ਸੀਗਾ ਤੇ ਇਹ ਫਿਲਮ ਦਾ ਜਿਹੜਾ ਕਾਮੇਡੀ ਜਾਨਰ ਸੀਗਾ ਕਈ ਲੋਕ ਫਿਲਮ ਨੂੰ ਨਾਨਸੈਂਸ ਵੀ ਕਹਿ ਰਹੇ ਨੇ ਕਈ ਚੀਜ਼ਾਂ ਵੀ ਇਹ ਫਿਲਮ ਦੇ ਵਿੱਚ ਕੁਝ ਅਹਜੀਆਂ ਨੇ ਜੋ ਕਿ ਬਲੀਵ ਨਹੀਂ ਕਰ ਸਕਦੇ ਆਪਾਂ ਬਾਵਜੂਦ ਇਹ ਚੀਜ਼ ਦੇ ਫਿਲਮ ਕਾਫੀ ਵਧੀਆ ਚੱਲ ਰਹੀ ਹੈ ਗੀਪੀ ਘਰੇਵਾਲ ਜੋ ਫਿਲਮਾਂ ਤਾਂ ਉਹਨਾਂ ਦੀਆਂ ਕਾਫੀ ਹਿੱਟ ਵੀ ਹੋ ਰਹੀਆਂ ਨੇ ਤੇ ਕਾਫੀ ਫਲॉप ਵੀ ਹੋ ਰਹੀਆਂ ਨੇ ਜਿਵੇਂ ਕਿ ਉਹਨਾਂ ਦੀ ਲਾਸਟ ਫਿਲਮ ਵਾਰਨਿੰਗ 2 ਨੇ ਬਹੁਤ ਵਧੀਆ ਕਲੈਕਸ਼ਨ ਕੀਤੀ ਲਗਭਗ 30 ਕਰੋੜ ਦੇ ਕਲੋਜ਼ ਫਿਲਮ ਨੇ ਜੋ ਹੈ ਵਾਰਨਿੰਗ 2 ਨੇ ਕਲੈਕਸ਼ਨ ਕੀਤੀ ਹਿੱਟ ਹੋਈ ਸੁਪਰ ਹਿੱਟ ਹੋਈ ਫਿਲਮ ਉਸ ਤੋਂ ਪਹਿਲਾਂ ਫਿਰ ਮੋਜੇ ਮਾਚ ਲੀਸ ਹੋਈ ਜੋ ਕਿ ਬਹੁਤ ਫਲॉप ਹੋ ਗਈ ਸੀ ਫਿਲਮ ਦਾ ਬਜਟ 17.50 ਕਰੋੜ ਦਾ ਸੀ ਫਿਲਮ ਨੇ ਕਲੈਕਸ਼ਨ 12 ਕ ਆਸ-ਪਾਸ ਕੀਤੀ ਕਰੋੜ ਤੇ ਫਿਲਮ ਫਲॉप ਹੋ ਗਈ ਉਸ ਤੋਂ ਪਹਿਲਾਂ ਫਿਲਮ ਕੈਰੀਨ ਜਟਾ 3 ਰਿਲੀਜ਼ ਹੋਈ ਜੋ ਕਿ 올 ਟਾਈਮ ਬਲਾਕਬਸਟਰ ਹੋਈ ਸਾਰੇ ਰਿਕਾਰਡ ਤੋੜਤੇ ਸਾਰੇ ਰਿਕਾਰਡਾਂ ਦੀਆਂ ਦੱਜੀਆਂ ਉਡਾਤੀਆਂ ਫਿਲਮ ਨੇ ਤੇ ਐਸਾ ਇਸ ਤਰ੍ਹਾਂ ਜੋ ਹੈ ਗਿੱਪੀ ਗਰੇਵਾਲਾ ਕੈਰੀਅਰ ਚੱਲ ਰਿਹਾ ਉੱਤੇ ਥੱਲੇ ਉੱਤੇ ਥੱਲੇ ਸੋ ਇਹ ਹੀ ਚੀਜ਼ ਹੁਣ ਇਹ ਫਿਲਮ ਨਾਲ ਨਹੀਂ ਹੋਣੀ ਜਾਨੀ ਕਿ ਅੱਜ ਇਸ ਸਾਲ ਜੋ ਹੈ ਜੀਪੀ ਗਰੇਵਾਲ ਨੇ ਦੋ ਫਿਲਮਾਂ ਆਈਆਂ ਨੇ ਫਿਲਹਾਲ ਉਹਨਾਂ ਦੀ 2024 ਦੇ ਵਿੱਚ ਤੇ ਦੋਨੋਂ ਫਿਲਮਾਂ ਨਹੀਂ ਵਧੀਆ ਕਲੈਕਸ਼ਨ ਕੀਤੀ ਹੈ ਸੋ ਜੱਟ ਨੂੰ ਜਿਹੜੀ ਡੈਲਟਾ ਕਰੀ ਫਿਲਮ ਦਾ ਬਜਟ ਵੀ ਹਾਈ ਸੀ 12.50 ਕਰੋੜ ਦਾ ਫਿਲਮ ਦਾ ਬਜਟ ਇਹ ਫਿਲਮ ਦੀ ਰੇਟਿੰਗ ਹੈ ਆਈ ਐਮ ਡੀਬੀ ਦੇ ਉੱਤੇ 8.4 ਸਟਾਰ ਦੀ ਫਿਲਮ ਦੇ ਡਾਇਰੈਕਟਰ ਵਿਕਾਸ ਨੇ ਫਿਲਮ ਦੇ ਵਿੱਚ ਜੀਪੀ ਗਰੇਵਾਲ ਸਰਵਨ ਮਹਿਤਾ ਰੂਪੀ ਗਿੱਲ ਨਰਮਲ ਰਸ਼ੀ ਦੇਖਣ ਨੂੰ ਮਿਲਣਗੇ ਇਹ ਫਿਲਮ ਨੇ ਜੋ ਹੈ ਪਹਿਲੇ ਵੀਕ ਦੇ ਵਿੱਚ ਇੰਡੀਆ ਕਲੈਕਸ਼ਨ ਕੀਤੀ 8.55 ਕਰੋੜ ਦੀ ਇਹ ਫਿਲਮ ਨੇ 3 ਦਿਨਾਂ ਦੀ ਯੂਐਸਏ ਕੈਨੇਡਾ ਦੀ ਕਲੈਕਸ਼ਨ 3.38 ਕਰੋੜ ਦੀ ਕੀਤੀ 5 ਦਿਨਾਂ ਦੀ ਯੂਕੇ ਆਇਰਲੈਂਡ ਦੀ ਕਲੈਕਸ਼ਨ 73.67 ਲੱਖਸ ਦੀ 3 ਦਿਨਾਂ ਦੀ ਆਸਟ੍ਰੇਲੀਆ ਕਲੈਕਸ਼ਨ 92.70 ਲੱਖਸ ਦੀ 10 ਦਿਨਾਂ ਦੀ ਨਿਊਜ਼ੀਲੈਂਡ ਕਲੈਕਸ਼ਨ 14.63 ਲੱਖਸ ਦੀ ਫਿਲਮ ਨੇ ਇੱਕ ਵੀਕ ਦੇ ਵਿੱਚ ਓਵਰਸੀਜ਼ ਕਲੈਕਸ਼ਨ ਕੀਤੀ 8.7 5 ਕਰੋੜ ਦੀ ਇਹ ਫਿਲਮ ਨੇ ਪਹਿਲੇ ਵੀਕ ਦੇ ਵਿੱਚ ਵਰਲਡ ਵਾਈਡ ਗ੍ਰੋਸ ਕਲੈਕਸ਼ਨ ਕਰ ਲਈ ਹੈ 17.30 ਕਰੋੜ ਦੀ ਇਹ ਫਿਲਮ ਨੇ ਬਜਟ ਤਾਂ ਆਪਣਾ ਰਿਕਵਰ ਕਰ ਲਿਆ ਹੈ ਵਿਕਾਸ ਜੋ ਹੈ ਫਿਲਮ ਦੇ ਡਾਇਰੈਕਟਰ ਨੇ ਇਹ ਦੂਜੀ ਫਿਲਮ ਹੈ ਵਿਕਾਸ ਦੀ ਗੀਪੀ ਗਰੇਵਾਲ ਦੇ ਨਾਲ ਪਹਿਲੀ ਫਿਲਮ ਉਹਨਾਂ ਦੀ ਸੀਗੀ ਯਾਰ ਮੇਰਾ ਤਤੀਆਂ ਵਰਗਾ ਜੀ ਦਾ ਕਲੈਕਸ਼ਨ ਤੋੜ ਦਿੱਤੀ ਹੈ ਯਾਰ ਮੇਰੇ ਤਤੀਆਂ ਵਰਗਾ ਦਾ ਬਜਟ 10 ਕਰੋੜ ਦਾ ਸੀ ਫਿਲਮ ਨੇ ਕਲੈਕਸ਼ਨ 17.03 ਕਰੋੜ ਦੀ ਕੀਤੀ ਤੇ ਹੁਣ ਜੱਟ ਨੂੰ ਚੜ੍ਹੇਲ ਟਕਰੀ ਫਿਲਮ ਨੇ ਉਹ ਫਿਲਮ ਦਾ ਜੋ ਹੈ ਕਲੈਕਸ਼ਨ ਨੂੰ ਪਾਰ ਕਰ ਦਿੱਤਾ ਗਿਆ ਹੈ ਸੋ ਇਹ ਫਿਲਮ ਨੇ 17.30 ਕਰੋੜ ਦੀ ਕਲੈਕਸ਼ਨ ਕਰ ਲਈ ਕ੍ਰਿਟਿਕਸ ਨੇ ਫਿਲਮ ਨੂੰ ਐਵਰੇਜ ਫਿਲਮ ਦੱਸਿਆ 3 5 ਵਿੱਚੋਂ 3 ਸਟਾਰ ਦੀ ਰੇਟਿੰਗ ਦਿੱਤੀ ਹੈ ਇਹ ਫਿਲਮ ਦੀ ਵਰਡਿਕ ਫਿਲਹਾਲ ਅਬੋਵ ਐਵਰੇਜ ਹੈ ਅੱਗੇ ਜਾ ਕੇ ਹਿੱਟ ਸੁਪਰ ਹਿੱਟ ਵੀ ਬਣ ਸਕਦੀ ਹੈ ਅਗਰ ਇਹ ਹੋਰ ਵਧੀਆ ਕਲੈਕਸ਼ਨ ਕਰੇ ਅੱਗੇ ਜਾ ਕੇ ਸੋ ਇਹ ਫਿਲਮ ਦੇ ਉੱਤੇ ਜੋ ਹੈ ਮੋਡ ਫਿਲਮ ਹੈ ਜੀਦੀ ਕਲੈਕਸ਼ਨ ਸਿਰਫ 2 ਲੱਖ ਅੱਗੇ ਇਸ ਤੋਂ 17.32 ਕਰੋੜ ਦੀ ਹੈ ਫਿਲਮ ਦੀ ਕਲੈਕਸ਼ਨ ਉਸ ਤੋਂ ਅੱਗੇ ਫਿਲਮ ਇਹ ਪਾਣੀ ਚ ਮਦਾਨੀ 17.82 ਕਰੋੜ ਦੀ ਉਸ ਤੋਂ ਅੱਗੇ ਨਿੱਕਾ ਚੈਲਦਾ 3 17.95 ਕਰੋੜ ਹੋਰ ਵੀ ਫਿਲਮਾਂ ਨੇ ਸੋ ਮੈਂ ਉਮੀਦ ਕਰਦਾ ਹਾਂ ਫਿਲਮ ਜੋ ਹੈ ਅਗਲੇ ਵੀਕ ਦੂਜੇ ਵੀਕ ਦੇ ਵਿੱਚ 20 ਕਰੋੜ ਦਾ ਅੰਕੜਾ ਤਾਂ ਆਰਾਮ ਨਾਲ ਪਾਰ ਕਰ ਜੂਗੀ ਇਹ ਫਿਲਮ ਨੂੰ ਜੋ ਹੈ ਦੂਜੇ ਵੀਕ ਦੇ ਵਿੱਚ ਜੋ ਹੈ ਗੀਪੀ ਗਰੇਵਾਲ ਦੀ ਮਾਂ ਫਿਲਮ ਦੀ ਕਲੈਕਸ਼ਨ ਜੋ ਕਿ ਸੀ 18.79 ਕਰੋੜ ਦੀ ਉਹ ਫਿਲਮ ਦੀ ਕਲੈਕਸ਼ਨ ਨੂੰ ਵੀ ਜੋ ਹੈ ਪਾਰ ਕਰ ਦੇਣਾ ਚਾਹੀਦਾ ਹੈ ਸੋ ਹੁਣ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਹੈ ਕਲੈਕਸ਼ਨ ਦੇ ਮਾਮਲੇ ਦੇ ਬਾਰੇ ਅਗਰ ਤੁਸੀਂ ਫਿਲਮ ਦੇਖੀ ਹੈ ਉਹ ਵੀ ਦੱਸੋ ਕਿੱਦਾਂ ਲੱਗੀ ਜੇ ਨਹੀਂ ਦੇਖੀ ਜਾਂ ਤੁਸੀਂ ਦੇਖਣਾ ਚਾਹੁੰਦੇ ਹੋ ਕਨਫਿਊਜ਼ ਹੋ ਤਾਂ ਮੇਰੀ ਰਿਵਿਊ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਸੋ ਉਹ ਤੁਹਾਨੂੰ ਮੇਰੇ ਚੈਨਲ ਵਿੱਚ ਦੇਖਣ ਨੂੰ ਮਿਲ ਜੂਗੀ ਮੈਂ ਕਲੈਕਸ਼ਨ ਤੇ ਜੋ ਰਿਵਿਊ ਵੀਡੀਓਜ਼ ਲੈ ਕੇ ਹੀ ਆਉਣਾ ਰਹਿਣਾ ਹੈ ਸੋ ਜਰੂਰ ਦੇਖੋ ਕਮੈਂਟ ਕਰਕੇ ਵੀ ਦੱਸਿਓ ਕਿਦਾਂ ਲੱਗੀ ਸੋ ਐਜਾ ਹੋਰ ਮੋਟੀਵੇਸ਼ਨ ਮਿਲਦੀ ਹੈ ਨਿਊ ਵੀਡੀਓਜ਼ ਲੈ ਕੇ ਆਉਣ ਦੇ ਲਈ ਥੈਂਕ ਯੂ ਸੋ ਮਚ ਫॉर ਵਾਚਿੰਗ ਐਜੇ ਨੂੰ ਵੀਡੀ ਲਈ ਸਾਈਡ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਰੱਬ ਰਾਖਾ